भारत माता की जय। लो जी लाला भी आ गया। लाला कहता अज फिल्म देखनी है KGF 2। लाला फिर आज गया लगा फिर ना गाहक कोई आंदा हो रुक गया तेनू की लगा गाहक ना हो कोई प्रधान जी नेरा गया हो ते बस पहुंचने वाले ही आपा भी आ साडा बुलटा वाला भरा कोको। लो जी बबियो पहुंच गए हैं मिराज चलते हैं उत्ते। प्रधान जी टिकट वाला काम डन हो गया आ गई हैं बाहर दे दे मेरा भरा ओके जा मैं हूं प्यार तेरा। ऊपर चल गए ऊपर चल गए ऊपर चल गए ऊपर चल गए बचा ले बचा ले बचा ले बचा ले। अच्छा देख लो किन्ना साढ़े भरा भी टक्कर गए हैं रोकी भैया हाँ चलो दे यार टिकट बाबे चेकिंग कर लियो चाहे ना यार मैं मेरा भरावा कच्चा पाया मेरी की चेकिंग करनी तुम। लो जी प्रधान जी लाला जी आते देख लग पे खाना की आ खाना कुछ नहीं सजना पक्की आ जा जा नहीं खाना कुछ भी है नहीं दिल करता जान लगे रोटी खावे। ओ पहुंच गए नहीं रहा गया देखो भरा तो कच्चे दे ही आ गया थोड़ा कह रहा ਇਹਦਾ ਤਿੰਨ ਆ ਤਿੰਨ ਬੰਦਾ ਗਲਤ ਆ ਗਏ ਯਾਰ ਭਰਾ ਨਾਰਾਜ਼ ਹੋ ਗਿਆ ਤੂੰ ਯਾਰ ਆ ਗਏ ਮੇਰਾ ਭਰਾ ਆ ਗਏ ਯਾਰ ਆ ਗਏ ਆ ਗਏ ਬਾਬੇ ਉਹ ਬਾਕੀ ਤੁਹਾਨੂੰ ਦਿਨਾ ਰਿਵਿਊ ਕਿੱਦਾਂ ਦੀ ਰਹੀ ਗੱਲਬਾਤ ਛੱਡ ਗਿਆ ਫਿਰ ਉਹਦੀ ਬੰਦਾ ਸਾਡਾ ਕਹਿੰਦਾ ਜੇ ਬੰਦੇ ਨਾ ਆਏ ਫੇ ਹਾਊਸਫੁੱਲ ਸ਼ੋਅ ਚੱਲਣ ਡਿਆ ਕਹਿੰਦਾ ਜੇ ਨਾ ਆਇਆ ਨਾ ਆਇਆ ਫੇ ਆਪਾਂ ਬੈਠਾਂਗੇ ਪਿੱਛੇ ਆਪਾਂ ਕਿੱਦਾਂ ਬੈਠਾਂਗੇ ਅਗਲੇ ਮਰਦੇ ਮਰਦੇ ਉਹ ਰਿਸ਼ਤੇਦਾਰਾਂ ਨੂੰ ਭੇਜਣ ਆਣਗੇ ਜ਼ਰੂਰ चल कोई नी परमात्मा जो करू वधिया ही करू ਆ ਸਾਡੇ ਪਿੱਛੇ ਵੀ ਬਾਈ ਹੁਣੀ ਬੈਠੇ ਆ ਪਤਾ ਨਹੀਂ ਕੌਣ ਹੈ ਬਾਈ ਕੀ ਹਾਲ ਆ ਠੀਕ ਠਾਕ ਬਹੁਤ ਵਧੀਆ ਯਾਰ ਰਾਸ਼ ਵਾਲੇ ਤਾਂ ਵੱਟੇ ਹੀ ਨਿਕਲੇ ਪਏ ਆ ਇਸ ਵੇਲੇ ਨਜ਼ਾਰੇ ਲੈ ਰਹੇ ਆ ਸਾਰੇ ਪ੍ਰਧਾਨ ਜੀ ਇੰਟਰਵਲ ਹੋ ਗਿਆ ਪਰ ਗੱਲਬਾਤ ਇੱਦਾਂ ਆ ਫਿਲਮ ਦਾ ਸਵਾਦ ਇੰਨਾ ਖਾਣਾ ਇਸ਼ਕਾ ਇਸ਼ਕ ਜਮਾ ਹੀ ਸਿਰਾ ਬਾਕੀ ਹਜੇ ਫੀਲਿੰਗ ਅੱਧੀ ਜੀ ਹੋਈ ਆ ਬਾਕੀ ਤੁਹਾਨੂੰ ਫੁੱਲ ਮੈਂ ਦੱਸਦਾ ਕੀ ਹਿਸਾਬ ਦਾ ਵਾ ਰਸ਼ ਚੈੱਕ ਕਰੋ ਤੁਸੀਂ ਨਾ ਜੀ ਮੈਨੂੰ ਨਹੀਂ ਲੱਗਦਾ ਕੋਈ ਮਤਲਬ ਇੰਨੀ ਮਤਲਬ ਫਿਲਮ ਦੇਖਣ ਕੋਈ ਆਇਆ ਹੋਊਗਾ ਮਤਲਬ ਪੂਰਾ ਫੁੱਲ ਆ ਸਾਰੇ ਥੀਏਟਰ ਹੀ ਹਾਂ ਸ਼ੋਅ ਸਾਰੇ ਹੀ ਸਵਾਦ ਪੂਰਾ ਲੈ ਰਹੇ ਆ ਸਾਰੇ ਬਾਕੀ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਕੀ ਨਹੀਂ ਸਾਡੇ ਵਾਲੇ ਜੀਵ ਜੀਵ ਨਿਗਾਹ ਨਾਲ ਦੇਖਦੇ ਪਏ ਸਾਰੇ ਸਾਨੂੰ ਤਾਂ ਡਰ ਲੱਗਣ ਲੱਗ ਪਿਆ ਮੁੰਡੇ ਚੱਕ ਲਓ ਰੌਣਕ ਚੈੱਕ ਕਰੋ ਤੁਹਾਨੂੰ ਰੌਣਕ ਇੱਕ ਵਾਰੀ ਦਿਖਾਈਏ ਸਾਰਿਆਂ ਨੂੰ ਯਾਰ ਦੇਖ ਲਓ ਹਾਊਸਫੁੱਲ ਪਏ ਨਾ ਕਿ ਉਹ ਝੂਠ ਬੋਲਿਆ ਆਹ ਬੰਦੇ ਨੇ ਬੋਲਿਆ ਹੁਣੇ ਝੂਠ ਲਓ ਜੀ ਬਾਬੇ ਉਹ ਫਿਲਮ ਗਈ ਮੁੱਕ ਸਵਾਦ ਗਿਆ ਕਿੰਨੇ ਵਿਹਲੇ ਆ ਨਾ ਸਾਰੇ ਯਾਰ ਦੇਖੋ ਲਓ ਜੀ ਪ੍ਰਧਾਨ ਜੀ ਫਿਲਮ ਦੇਖ ਲਈ ਆ ਸਾਡਿਆਂ ਨੂੰ ਸਾਰੇ ਵਿਹਲੇ ਤੇ ਗੱਲ ਹੈਗੀ ਏਦਾਂ ਆਹ ਬੰਦਾ ਲਿੱਸਾ ਹੋਈ ਜਾਂਦਾ ਪਤਾ ਨਹੀਂ ਕੀ ਚੱਕਰ ਤੇ ਚਲੋ ਠੀਕ ਆ ਮੇਰੇ ਵੀਰ ਆਪਾਂ ਮਿਲਦੇ ਹੁਣ ਭੁੱਖ ਵੀ ਬੜੀ ਲੱਗੀ ਆ ਰੋਟੀ ਰਾਟੀ ਵੀ ਖਾ ਲਈਏ ਕੁਛ ਘਰੋਂ ਤਾਂ ਕੱਖ ਨਹੀਂ ਮਿਲਣਾ ਘਰ ਕਹਿ ਕੇ ਅਸੀਂ ਬਾਹਰੋਂ ਹੀ ਖਾਣੀ ਆ ਘਰੋਂ ਡਾਂਗ ਆਈਆਂ ਨੇ ਤਾਂ ਚਲੋ ਠੀਕ ਆ ਮਿਲਦੇ ਪ੍ਰਧਾਨ ਜੀ ਦੁਖੀ ਹੋ ਗਏ ਅਸੀਂ ਤਾਂ ਸਾਨੂੰ ਰੋਟੀ ਲੈ ਇੱਥੇ ਵੀ ਕੱਖ ਨਹੀਂ ਆ ਡੋਮੀਨੋਜ਼ ਅਸੀਂ ਖਾਣਾ ਨਹੀਂ ਰੋਟੀ ਭੁੱਖ ਬੜੀ ਲੱਗੀ ਆ ਕੱਖ ਨਹੀਂ ਹੈਗਾ ਨਾ ਬਾਬੇ ਬੰਦੇ ਹੀ ਆ ਸਾਰਾ ਕੁਛ ਘਰੋਂ ਵੀ ਭੁੱਖੇ ਇੱਧਰੋਂ ਵੀ ਭੁੱਖੇ ਬੱਤੀਆਂ ਕਿੱਥੇ ਜਗਦੀਆਂ ਉਹ ਮਿੱਟੀ ਆ ਉਹ ਆਈਸਕ੍ਰੀਮ ਆ ਮਾਮਾ ਆਈਸਕ੍ਰੀਮ ਨਾਲ ਕਿੱਥੇ ਢਿੱਡ ਭਰਨਾ ਹੁਣ ਦੇਖਦੇ ਹਾਂ ਉੱਧਰ ਮਾਰਦੇ ਹਾਂ ਗੇੜਾ ਕਿਤੇ ਚਲੋ ਰੱਬ ਜੇ ਕੀੜੇ ਮਕੌੜਿਆਂ ਦਾ ਸੋਚ ਸਕਦਾ ਉਹਨੂੰ ਵੀ ਪਤਾ ਕਿ ਉਹਦੇ ਨਿਆਣੇ ਭੁੱਖੇ ਆ ਸਾਡਾ ਵੀ ਤਾਂ ਸੋਚੂਗਾ ਹੀ
ਅਸੀਂ ਕਿਹੜਾ ਕੁਝ ਚੱਕਿਆ ਰੱਬ ਦਾ ਭਰਾਵਾ, ਭਲਾ ਹੀ ਕਰੀਦਾ ਸਾਰਾ ਕੁਛ ਆਪਣਾ। ਚਲੋ ਆਜੋ ਫਿਰ, ਆਜੋ 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 ਚਲੀਏ। ਉਮੀਦ ਦੀ ਕਿਰਨ ਜਾਗ ਗਈ ਆ ਹੁਸ਼ਿਆਰਪੁਰ ਵਾਲਿਆਂ, ਤਦੇ ਲੱਭ ਜੂਗਾ ਸਾਡਾ ਕਿਉਂਕਿ ਅਸੀਂ ਆਪ ਹੁਸ਼ਿਆਰਪੁਰੀ ਹਾਂ। ਅਤੇ ਉਮੀਦ ਦੀ ਕਿਰਨ ਜਾਗ ਗਈ ਆ, ਹੁਣ ਦੇਖਦੇ ਹਾਂ ਕੀ ਮਿਲਦਾ। ਤੋ ਆ ਗਿਆ ਮਲਾਈ ਚਾਂਪ ਵੀ ਲਿਆਈ ਵੀਰੇ, ਬੰਦਾ ਖੁਸ਼ ਹੋ ਗਿਆ ਦੇਖ ਕੇ, ਹੁਣ ਢਿੱਡ ਭਰ ਜਾਣਾ। ਪਾਪੀ ਪੇਟ ਦਾ ਸਵਾਲ ਆ ਨਾ, ਪਾਪੀ ਪੇਟ ਦਾ ਸਵਾਲ ਆ। ਚੱਕੂ ਆ ਜਾਓ ਜੇ ਕਿਸੇ ਹੋਰ ਨੂੰ ਵੀ ਭੁੱਖ ਲੱਗੀ ਤਾਂ ਉਹ ਵੀ ਆ ਜਾਓ, ਚੱਕ ਦਿਓ ਫਟੇ। ਹਾਂ ਜੀ ਪ੍ਰਧਾਨ ਜੀ, ਰੋਟੀ ਦਾ ਹੋ ਗਿਆ ਨਸੀਬ, ਰੋਟੀ ਮਿਲ ਗਈ ਹੁਣ। ਪਰ ਕੀ ਕਰੀਏ ਅੱਗੇ ਤੋਂ ਅੱਗੇ, ਦੇਖੋ ਫੇਰ ਕਹਿਣਾ ਰੱਬ ਮਾੜਾ ਏਦਾਂ ਜਾਂ ਓਦਾਂ। ਹੁਣ ਸਾਡੇ ਬੰਦਿਆਂ ਦੀ ਡਿਮਾਂਡ ਆਈ ਆ ਪਾਨ ਖਾਣਾ, ਹੁਣ ਪਾਨ ਵਾਲੀ ਦੁਕਾਨ ਲੱਭਦੇ ਪਏ। ਦੋ ਤਿੰਨ ਖੋਖਿਆਂ ਤੋਂ ਵੀ ਨਾ ਕਰ ਦਿੱਤੀ ਆ ਪਾਨ ਵਾਲਿਆਂ ਨੇ, ਹੁਣ ਬੱਸ ਸਟੈਂਡ ਲਾ ਕੇ ਚੱਲੇ ਆ। ਤੇ ਜੇ ਮਿਲ ਗਿਆ ਤਾਂ ਫਿਰ ਤੁਹਾਨੂੰ ਮਿਲ ਜਾਣਾ, ਮਿਲ ਜੂ 11 ਵਜੇ ਤੱਕ। ਕੀ ਟਾਈਮ ਹੋ ਗਿਆ? 10:30 ਹੀ ਹੋਏ ਆ ਬਾਬਿਓ। ਦੇਖ ਲੋ ਸਾਹਮਣੇ ਨਜ਼ਾਰਾ ਵੱਜ ਗਿਆ, ਸਾਡੇ ਵਰਗੇ ਹੋਰ ਬਿੱਲੜ ਦੇਖ ਕਿੰਨੇ ਆ ਯਾਰ। ਚਲੋ ਆਜੋ ਜੀ, ਆਜੋ ਆਜੋ ਆਜੋ। ਤੁਹਾਨੂੰ ਰੋਟੀ ਨਸੀਬ ਹੋ ਗਈ? ਹੋਰ ਭਾਈ ਕਿੱਥੇ ਹੋਈ? ਉਹ ਕਿਹੜਾ ਲੋੜ ਆ ਭਾਈ, ਬਲੌਗਿੰਗ ਭਾਈ ਨੇ ਕਰਾਇਆ। ਤੁਹਾਨੂੰ ਰੋਟੀ ਨਸੀਬ ਹੋ ਗਈ ਹੈ ਨਾ? ਹੋ ਗਈ ਭਾਈ, ਬਰਗਰ ਖਾ ਕੇ ਆਏ ਆ। ਬਰਗਰ? ਅੱਛਾ, ਆਪਾਂ ਚਾਂਪਾ ਖਾਏ ਆ ਯਾਰ। ਅੱਛਾ ਚਾਂਪ ਨਹੀਂ ਮਿਲੀ, ਅਸੀਂ ਲੱਭਦੇ ਪਏ ਸੀ ਯਾਰ। ਅਸੀਂ ਚਾਂਪ ਦੇ ਨਾਲ ਰੋਟੀ ਖਾ ਕੇ ਆਏ ਆ, ਮਜ਼ਾ ਆ ਗਿਆ ਪੂਰਾ। ਕਿੱਥੋਂ ਖਾਇਆ ਤੁਸੀਂ? ਕਿੰਡਾ ਘਰ ਲਾ ਕੇ ਅਈਓ। ਖਾਈ ਕੇ ਪਾਨ ਬਨਾ ਰਸ ਬਾਲਾ, ਜਾਏ ਬੰਦੇ ਦਾ ਕਲਕਾ ਤਾਲਾ। ਇਹ ਭਾਈ ਆਪਣੇ ਬੱਸ ਸਟੈਂਡ ਦੇ ਲਾਗੇ ਗੁਲਸ਼ਨ ਪਾਨ ਵਾਲੇ ਬੜੇ ਮਸ਼ਹੂਰ ਬੰਦੇ ਆ, ਤੇ ਇਹ ਪਾਨ ਹੁਣ ਪੈਕ ਕਰਕੇ ਰੱਖਦੇ ਆ। ਬਹੁਤ ਸਵਾਦ ਆ ਭਾਈ ਪਾਨ ਤੁਹਾਡਾ, ਥੈਂਕ ਯੂ। ਜੋਇਲ ਪ੍ਰਧਾਨ ਦੀ ਮੂੰਹ ਹੀ ਪਾਨ ਆ ਉੱਕੇ ਸਾਰੇ। ਤੇ ਫਿਲਮ ਬਾਬੇ ਉਹ ਬੰਬ ਆ, ਦੇਖ ਕੇ ਜਰੂਰ ਆਇਓ ਜੇ। ਤੀਜਾ ਪਾਰਟ ਕੱਲ ਹੀ ਲਾਂਚ ਕਰ ਦੇਣਾ, ਅਸੀਂ ਫੇਰ ਕੋਟ ਪੈਂਟ ਪਾ ਕੇ ਕੱਲ ਹੀ ਆ ਜਾਈਏ। ਤੇ ਬਾਕੀ ਲਵ ਯੂਗਾ ਤੁਹਾਡੇ ਨਾਲ ਟਰੱਕ ਭਰ ਕੇ। ਜਿਹੜੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਬਾਕੀ ਇਧਰਲੀ ਗੱਲ ਫੁੱਲੀ ਹੋਣੀ ਕਿਉਂਕਿ ਪਾਨ ਆ ਹੁਣ ਇੱਧਰ ਹੀ ਫੁੱਲ ਗਏ। ਓਕੇ ਓਕੇ, ਚੰਗਾ ਜੀ, ਬਾਏ 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 ਬਾਏ। ਪ੍ਰਧਾਨ ਜੀ ਦੇਖੋ, ਬੱਬੂ ਮਾਨ ਦੇ ਕੱਟੜ ਫੈਨ, ਪੂਰਾ ਡਾਲਾ ਹੀ ਬੱਬੂ ਮਾਨ ਦੀ ਫੋਟੋ ਨਾਲ ਭਰਿਆ ਆ। ਹੁਣ ਉਹ ਤੇਜ਼ ਹੀ ਬੜਾ ਚਲਾਉਂਦਾ, ਮੈਂ ਇੰਨੀ ਤੇਜ਼ ਚਲਾਉਂਦਾ ਨਹੀਂ ਕਦੀ ਯਾਰ, ਗੱਡੀ ਚੱਕਰ ਆਹਾ ਆ। ਬਾਕੀ ਥੋੜ੍ਹੀ ਥੋੜ੍ਹੀ ਦੇਰੀ ਹੋਣੀ ਆ, ਬਹੁਤ ਤੇਜ਼ ਚਲਾਉਂਦਾ।